मेरा नाम सतप्रीत बिरहा जी ते मैं वॉइस ऑफ एडमिंटन दे सुपरिटेंडेंट मेरा नाम गुरप्रीत बिरहा है ते मैं सतप्रीत बिरहा दी सिस्टर मेरा नाम रेशम सिंह सतप्रीत बिरहा मेरा ब्रदर इन लॉ सतप्रीत हरे बच्चे अरगा बहुत मेहनत करदा बहुत अगे जाऊ बचपन तो ही सतप्रीत नु शौक सीगा गाउण दा जदों ये 6 साल दा सी ते इने टॉय अपने बर्थडे ते टॉय मंगया कि मैनू पियानो चाहिदा ओ शायद पियानो हुण भी आंदे आ ਉਹ ਇਸ ਸਾਈਜ਼ ਦਾ ਹੁੰਦਾ ਉਹਦੇ ਨਾਲ ਮਾਈਕ ਵੀ ਹੁੰਦਾ ਆ ਸੋ ਇਹਨੇ ਉਹ ਮੰਗਿਆ ਸੋ ਅਸੀਂ ਜਦੋਂ ਇਹਨੇ ਪਿਆਨੋ ਲਿਆ ਛੋਟਾ ਤੇ ਅਸੀਂ ਸਾਰੇ ਬੈਠੇ ਹੋਏ ਸੀਗੇ ਤੇ ਇਹਨੇ ਫਸਟ ਜਿਹੜੀ ਟਿਊਨ ਵਜਾਈ ਉਹ ਸੀਗੀ ਤੁਝੇ ਦੇਖਾ ਤੋ ਇਹ ਜਾਨਾ ਸਨਮ ਅਸੀਂ ਇਹ ਬਹੁਤ ਛੋਟਾ ਸੀ 6 ਸਾਲ ਦਾ ਔਰ ਅਸੀਂ ਸਾਰੇ ਬੈਠੇ ਸੀਗੇ ਮੈਂ ਵੀ ਖੈਰ ਛੋਟੀ ਸੀ ਪਰ ਫਿਰ ਵੀ ਥੋੜ੍ਹਾ ਯਾਦ ਹੈ ਮੈਨੂੰ ਕਿ ਅਸੀਂ ਬਹੁਤ ਹੈਰਾਨ ਹੋਏ ਕਿ ਇਹ ਇਹਨੇ ਕਿੱਦਾਂ ਵਜਾ ਲਈ ਔਰ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਇਹ ਵੱਡਾ ਹੁੰਦਾ ਗਿਆ ਉੱਦਾਂ ਉੱਦਾਂ ਇਹਨੇ ਆਪਣੇ ਬਰਥਡੇ 'ਤੇ ਆਪਣਾ ਜਿਹੜਾ ਪਿਆਨੋ ਹੈ ਉਹਦਾ ਸਾਈਜ਼ ਵੱਡਾ ਹੁੰਦਾ ਗਿਆ ਅਤੇ ਉੱਦਾਂ ਉੱਦਾਂ ਇਹਦਾ ਸ਼ੌਂਕ ਵੱਧਦਾ ਤੁਰਿਆ ਗਿਆ ਵੋਇਸ ਆਫ ਐਡਮਿੰਟਨ ਦਾ ਜਿਹੜਾ ਉਪਰਾਲਾ ਪ੍ਰਾਂਤ ਗਰੁੱਪ ਵੱਲੋਂ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਮੈਂ ਮੋਰ ਦੈਨ ਸੈਟਿਸਫਾਈਡ ਮੈਂ ਕਹਿ ਸਕਦਾ ਕੈਨੇਡਾ ਆਏ ਨੂੰ ਕਾਫੀ ਸਾਲ ਹੋ ਗਏ ਸੀਗੇ ਸੋ ਸੰਗੀਤ ਦਾ ਸਫ਼ਰ ਜਿਹੜਾ ਸੀਗਾ ਉਦੋਂ ਦਾ ਹੋਲਡ 'ਤੇ ਸੀਗਾ ਸੋ ਇਹਨੂੰ ਦੁਬਾਰਾ ਤੋਂ ਜਿਹੜਾ ਮੈਂ ਸ਼ੁਰੂ ਕਰ ਪਾਇਆ ਹੈਗਾ ਉਹ ਏਸੀ ਉਪਰਾਲੇ ਦੇ ਸਦਕਾ ਬਹੁਤ ਬਹੁਤ ਮਿਹਰਬਾਨੀ ਮੈਂ ਕਹਾਂਗਾ ਪ੍ਰਾਂਤ ਗਰੁੱਪ ਦੀ ਜਿਨ੍ਹਾਂ ਨੇ ਇਹ ਮੌਕਾ ਦਿੱਤਾ ਸਾਨੂੰ ਦੁਬਾਰਾ ਅਤੇ ਇਹਦੇ ਨਾਲ ਹੀ ਅਸੀਂ ਸ਼ਹਿਰ ਦੇ ਵਿੱਚ ਰਹਿੰਦੇ ਸਾਨੂੰ 3-4 ਸਾਲ ਹੋ ਗਏ ਸੋ ਇੰਨੇ ਸਾਰੇ ਲੋਕਾਂ ਦੇ ਮਤਲਬ ਰੂਬਰੂ ਹੋਣ ਦਾ ਜਿਹੜਾ ਮੌਕਾ ਮਿਲਿਆ ਹੁਣ ਇਸ ਸ਼ੋਅ ਤੋਂ ਬਾਅਦ ਮੈਂ ਉਮੀਦ ਕਰਦਾ ਕਿ ਜਿਹੜੇ ਜਿੰਨੇ ਲੋਕ ਮਤਲਬ ਇਸ ਸ਼ੋਅ ਦੇ ਵਿੱਚ ਆਉਂਦੇ ਰਹੇ ਨੇ ਸਾਨੂੰ ਵੇਖਣ ਵਾਸਤੇ ਵੀ ਆਉਂਦੀਆਂ ਗਾਉਂਦੇ ਰਹੇ ਸੋ ਉਹਨਾਂ ਦੇ ਵਿੱਚ ਅਸੀਂ ਜਾਣੇ ਜਾਵਾਂਗੇ ਸੋ ਇਹ ਬਹੁਤ ਵੱਡੀ ਗੱਲ ਹੈ ਸਾਡੇ ਬਹੁਤ ਮਾਣ ਹੋਇਆ ਫਾਈਨਲ ਦੇ ਵਿੱਚ ਪਹੁੰਚ ਕੇ ਇੱਥੇ ਤੱਕ ਪਹੁੰਚਿਆ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਆ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਵੋਇਸ ਆਫ ਐਡਮਿੰਟਨ ਦੇ ਵਿੱਚ ਇਹਨੇ ਪਾਰਟੀਸਪੇਟ ਕੀਤਾ ਫਸਟ ਥਿੰਗ ਇਹੀ ਬਹੁਤ ਬਹੁਤ ਜ਼ਿਆਦਾ ਸਾਡੇ ਲਈ ਫਖਰ ਦੀ ਗੱਲ ਸੀਗੀ ਫਾਈਨਲਸ ਵਿੱਚ ਪਹੁੰਚਣਾ ਇਹ ਇੱਕ ਹਿਸਾਬ ਨਾਲ ਇਹਦੀ ਜਿੱਤ ਹੈ ਸਾਡੇ ਲਈ ਸੋ ਐਡਮਿੰਟਨ ਸ਼ੋਅ ਦੇ ਫਾਈਨਲ ਤੱਕ ਪਹੁੰਚਣ ਲਈ ਬਹੁਤ ਸਾਰੇ ਐਕਟਰਸ ਨੇ ਜਿਹੜੇ ਵਿੱਚ ਰੋਲ ਪਲੇ ਕਰਦੇ ਨੇ ਜਿਨ੍ਹਾਂ ਦੇ ਵਿੱਚ ਵਾਹਿਗੁਰੂ ਦੀ ਮਿਹਰ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਜਿਹੜੀ ਸਾਨੂੰ ਟਾਈਮ ਟੂ ਟਾਈਮ ਜੱਜਿਸ ਦੀ ਅਤੇ ਟਾਈਮ ਟੂ ਟਾਈਮ ਜਿਹੜੇ ਉੱਥੇ ਸਾਡੇ ਹੋਰ ਜਿਹੜਾ ਕਰੂ ਹੈਗਾ ਉਹਨਾਂ ਦੀ ਜਿਹੜੀ ਸਾਨੂੰ ਟਾਈਮ ਟੂ ਟਾਈਮ ਜਿਹੜੀ ਸਬਮਿਸ਼ਨ ਅਤੇ ਐਡਵਾਈਸਿਸ ਮਿਲਦੀਆਂ ਰਹੀਆਂ ਨੇ ਉਹਨਾਂ ਹਰ ਇੱਕ ਚੀਜ਼ ਨੂੰ ਆਪਣਾ ਰੋਲ ਅਦਾ ਕੀਤਾ ਜਿਹੜੀ ਸਾਡੇ ਬਚਪਨ ਤੋਂ ਹੀ ਜਿਵੇਂ ਮੈਨੂੰ ਸ਼ੌਂਕ ਹੈਗਾ ਗਾਉਣ ਦਾ ਸਤਪ੍ਰੀਤ ਨੂੰ ਅਤੇ ਇਹਦੇ ਨਾਲ ਨਾਲ ਥੋੜ੍ਹਾ ਜਿਹਾ ਮੈਨੂੰ ਵੀ ਸੀਗਾ ਨਾਲ ਕੁਛ ਸਾਨੂੰ ਸਾਡੇ ਮਦਰ ਤੋਂ ਇਹ ਸਾਨੂੰ ਗੁਣ ਮਿਲਿਆ ਹੈਗਾ ਕਿ ਗਾਇਕੀ ਦਾ ਜਾਂ ਆਰਟਸ ਦੇ ਵਿੱਚ ਕੁਛ ਵੀ ਹੈ ਕੋਈ ਵੀ ਆਰਟ ਹੈ ਚਾਹੇ ਡਾਂਸ ਹੈ ਸੋ ਬਚਪਨ ਦੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਉਹ ਇਹ ਹੈ ਕਿ ਅਸੀਂ ਕਿਚਨ ਦੇ ਵਿੱਚ ਮੰਮਾ ਨੇ ਜਦੋਂ ਖਾਣਾ ਵਗੈਰਾ ਬਣਾਉਂਦੇ ਹੋਣਾ ਅਤੇ ਅਸੀਂ ਸਾਡੇ ਸਾਨੂੰ ਢੋਲਕੀ ਲੈ ਕੇ ਦਿੱਤੀ ਸੀ ਛੋਟੀ ਜੀ ਅਤੇ ਉਹਦਾ ਇੱਕ ਜਿਹੜਾ ਮੜ ਸੀ ਉਹ ਅਸੀਂ ਇੰਨਾ ਵਜਾਉਂਦੇ ਸੀਗੇ ਕਿ ਅਸੀਂ ਉਹਦੀ ਇੱਕ ਸਾਈਡ ਜਿਹੜੀ ਸੀਗੀ ਉਹ ਦਿਲ ਦੇਣਾ ਤੇ ਦਿਲ ਮੰਗਣਾ ਆਵੇ ਸੌਦਾ ਇੱਕੋ ਜਿਹਾ ਦਿਲ ਦੇਣਾ ਤੇ ਦਿਲ ਮੰਗਣਾ ਆਵੇ ਸੌਦਾ ਇੱਕੋ ਜਿਹਾ ਹੋ ਸੁਣ ਸੋਨੇ ਦਿਆ ਕੰਗਣਾ ਤੇ ਮੈਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿ 11 ਤਰੀਕ ਨੂੰ ਸ਼ਾਮ 12 ਵਜੇ ਆਕਾ ਸੈਂਟਰ ਦੇ ਵਿੱਚ ਵੋਇਸ ਆਫ ਐਡਮਿੰਟਨ ਦਾ ਫਾਈਨਲ ਹੋਣ ਜਾ ਰਿਹਾ ਹੈ ਸਾਰੇ ਹੁਮ ਹੁਮਾ ਕੇ ਪਹੁੰਚੋ ਅਤੇ ਸਾਡੀ ਸਪੋਰਟ ਕਰੋ ਅਤੇ ਮੈਂ ਆਪਣੇ ਵੱਲੋਂ ਪਰਸਨਲੀ ਅਪੀਲ ਕਰਨੀ ਚਾਹੁੰਦਾ ਕਿ ਮੈਂ ਵੀ ਇਸ ਕਿਤਾਬ ਵਾਸਤੇ ਬਹੁਤ ਮਿਹਨਤ ਕੀਤੀ ਹੈ ਕਿ ਮੇਰਾ ਸਾਥ ਦਿੱਤਾ ਜਾਵੇ ਤਾਂ ਮੈਨੂੰ ਪਲੀਜ਼ ਵੋਟ ਕਰਕੇ ਮੈਨੂੰ ਜਿਤਾਉਣ ਦੇ ਕੰਮ ਲੱਭੇ ਨਾ ਕਿਨਾਰਾ ਹੁਣੇ ਨਹੀਂ ਗੁਜ਼ਾਰਾ ਸਾਰਾ ਸਾਰਾ ਦਿਨ